ਜਿਸ ਰੱਬ ਨੂੰ ਬਦੌਲਤ ਅੱਜ ਇਹਨਾਂ ਦਾ ਪੂਰਾ ਪਰਿਵਾਰ ਗੁਰੂ ਦਰਬਾਰ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਪਾਤਰ ਬਣਿਆ ਹੋਇਆ ਹੈ। ਸਤਿ ਸ੍ਰੀ ਅਕਾਲ। ਅੱਜ ਅਸੀਂ ਮਾਤਾ ਪ੍ਰੀਤਮ ਕੌਰ ਜੀ ਦੀ ਭੋਗ ਦੀ ਸੰਗਤ ਵੀ ਕਿਹਾ ਜਾ ਸਕਦਾ ਹੈ। ਸੰਸਾਰਕ ਤੌਰ ਤੇ ਕੁਝ ਐਸੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਜਾਂ ਸੋਗ ਸਭਾ ਵੀ ਕਿਹਾ ਜਾਂਦਾ। ਸੋਗ ਤੇ ਕੈਸੀ ਨਿਰੰਕਾਰੀ ਮਿਸ਼ਨ ਦੇ ਅੰਦਰ ਇਸ ਪ੍ਰੋਗਰਾਮ ਨੂੰ ਪ੍ਰੇਰਨਾ ਦਿਵਸ ਕਿਹਾ ਜਾਂਦਾ। ਜੇ ਅਸੀਂ ਪ੍ਰੇਰਨਾ ਲੈਣੀ ਆ, ਜਾਣ ਵਾਲਾ ਤਾਂ ਚਲਿਆ ਗਿਆ, ਉਹ ਤੇ ਆਪਣਾ ਜੀਵਨ ਸੁੰਦਰ ਤੈਅ ਕਰਕੇ ਮਾਤਾ ਜੀ ਗਏ ਨੇ, ਪਰ ਅਸੀਂ ਇੱਥੋਂ ਅੱਜ ਕੀ ਪ੍ਰੇਰਨਾ ਲਵਾਂਗੇ, ਅਸੀਂ ਇੱਥੋਂ ਅੱਜ ਕੀ ਜਾਗਰਤੀ ਲਵਾਂਗੇ, ਅਸੀਂ ਖੁਦ ਆਪਣੇ ਆਪ ਬਾਰੇ ਸੋਚਣਾ। ਸਹਿਜ ਰਹਿਣਾ ਪਰ ਸੇਵਾ ਚ ਡਟੇ ਰਹਿਣਾ। ਮਾਇਆ ਲੈਣੀ ਜੋਗਲ ਸਿੰਘ ਜੀ ਤੋਂ, ਰਿੰਦਰ ਜੀ ਤੋਂ, ਮਨਦੀਪ ਜੀ ਤੋਂ ਵੀ, ਬੇਟੇ ਤੋਂ, ਪੋਤੇ ਤੋਂ, ਆਪਣੇ ਤੋਂ,
ਤੇ ਉਹ ਮਾਇਆ ਲੈ ਕੇ ਸਿੱਧਾ ਭਵਨ ਤੇ ਆ ਜਾਣਾ ਔਰ ਚੁੱਪ ਚੁੱਪੀ ਤੇ ਕਹਿਣਾ ਕਿ ਸੇਵਾਵਾਂ ਕਰੋ, ਸੰਗਤ ਆਉਂਦੀ ਹੈ, ਸੇਵਾਦਾਰ ਆਉਂਦੇ ਨੇ, ਦੁੱਧ ਦੀ ਸੇਵਾ ਕਰੋ, ਚਾਹ ਦੀ ਸੇਵਾ ਕਰੋ, ਕਿਸੇ ਨੂੰ ਦੱਸਣਾ ਨਹੀਂ ਹੈ। ਚੁੱਪ ਚਾਪ ਸਾਧ ਸੰਗਤ ਇਸ ਅਧਿਆਤਮ ਦੇ ਮਾਰਗ ਦੇ ਅੱਗੇ ਹੋ ਕੇ ਵੱਧਦੇ ਗਏ। ਧੰਨ ਹੈ ਸਹਿਜੀਵ ਸਤਿਗੁਰੂ ਮਾਤਾ ਸੁਰਿੰਦਰ ਹਰਦੇਵ ਜੀ ਮਹਾਰਾਜ ਜੀ ਹੈ। ਸਤਿਸੰਗ ਮਾਤਾ ਜੀ ਨੂੰ ਸ਼ਰਧਾ ਸੁਮਨ ਭੇਟ ਕਰਦੇ ਹਾਂ, ਨਾਲ ਹੀ ਅਸੀਂ ਸਭ ਨੇ ਪ੍ਰੇਰਣਾ ਲੈਣੀ ਹੈ ਆਪ ਸਤਿਵਾਨ ਕਰਨਾ। 1913 ਤੋਂ 2017 ਵਰੇ ਹੰਡਾਏ 104 ਮਾਤਾ ਜੀ ਨੇ 1913 ਤੋਂ 2017 ਵਰੇ ਹੰਡਾਏ 104 ਸਤਿਗੁਰੂ ਦੀ ਕਿਰਪਾ ਦੇ ਨਾਲ ਮਾਤਾ ਨੇ ਟੱਕਿਆ ਨਿਰੰਕਾਰ। ਗਰੀਬੀ ਵਿੱਚ ਵੀ ਉਮਰ ਗੁਜ਼ਾਰੀ, ਹਰ ਪਲ ਹੋਏ ਸ਼ੁਕਰ ਗੁਜ਼ਾਰ। ਸੇਵਾ ਕੀਤੀ ਆਈ ਅਮੀਰੀ, ਸੇਵਾ ਕੀਤੀ ਆਈ ਅਮੀਰੀ, ਪਰ ਨਾ ਆਇਆ ਕਦੇ ਹੰਕਾਰ। ਦੇ ਕੇ ਕਿਸੇ ਨੂੰ ਨਾ ਚਿਤਾਇਆ, ਨਾ ਹੀ ਕੀਤੀ ਕਦੇ। ਸ਼ਾਮ ਪਈ ਬਿਨ ਸ਼ਾਮ ਮੁਹੰਮਦਾ, ਤੈਂ ਕਰ ਜਾਂਦੀ ਨੇ ਡਰਨਾ। ਸ਼ਾਮ ਨਿਰੰਕਾਰ ਨਹੀਂ ਮਿਲਿਆ ਨਾ, ਤੇ ਸ਼ਾਮ ਪਈ। ਇਹ ਜਿਹੜੀ ਸ਼ਾਮ ਪੈ ਗਈ ਮਾਤਾ ਪ੍ਰੀਤਮ ਕੌਰ ਜੀ ਦੀ, ਸਭ ਦੀ ਪਊਗੀ। ਔਰ ਸਾਧ ਸੰਗਤ ਜਿਹੜਾ ਇਹ ਪ੍ਰੇਰਣਾ ਦਿਵਸ ਹੈ ਨਾ, ਇਹ ਸਾਰਾ ਪ੍ਰਾਣਾ ਵਾਲਿਆਂ ਵਾਸਤੇ ਹੈ। ਕੋਈ ਸ਼ੱਕ ਨਹੀਂ, ਗੁਰਬਾਣੀ ਚ ਸਾਧ ਸੰਗਤ ਸਾਰਾ ਕੋਡ ਦੱਸਿਆ। ਬੋਲੋ ਸਤਿਗੁਰੂ ਮਾਤਾ ਸੁਰਿੰਦਰ ਹਰਦੇਵ ਜੀ ਮਹਾਰਾਜ ਜੀ ਜੈ। ਸਤਿ ਸੰਗਤ ਜੀ, ਪੂਰੀ ਸਤਿ ਸੰਗਤ ਦਾ ਬਹੁਤ ਬਹੁਤ ਧੰਨਵਾਦ। ਚਾਵਲਾ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਟਾਈਮ ਦਿੱਤਾ ਸਾਨੂੰ, ਸ਼ੁਕਰਾਨਾ। ਔਰ ਜਿਤਨੇ ਵੀ ਉਹ ਸੱਜਣ ਰਿਸ਼ਤੇਦਾਰ ਮਹਿਮਾਨ ਸਭ ਪਾਰਟੀਆਂ ਆਈਆਂ ਨੇ, ਸਾਰੇ ਸੱਜਣਾਂ ਦਾ ਜਿਹੜਾ ਆਪ ਨੇ ਸੁਣਿਆ, 104 ਸਾਲ ਦੀ ਉਮਰ ਸੰਸਾਰ ਦੇ ਵਿੱਚ ਰਹਿ ਕੇ ਗਏ, ਲੰਬੀ ਜ਼ਿੰਦਗੀ ਔਰ ਚੰਗੀ ਜ਼ਿੰਦਗੀ ਬਤੀਤ ਕਰਕੇ ਗਏ। ਇਹਨਾਂ ਦੇ ਜੀਵਨ ਦੇ ਕੁਛ ਅੰਸ਼ ਜਿਸ ਦਾ ਜ਼ਿਕਰ ਵੀ ਗਾਏ ਬਗਾਏ ਕੀਤਾ ਗਿਆ, ਜ਼ਿੰਦਗੀ ਦੇ ਵਿੱਚ ਪਿਆਰ ਹੈ, ਜਜ਼ਬਾ ਸੇਵਾ ਦਾ ਹੈ, ਪਰਿਵਾਰ ਨੂੰ ਸਤਿਗੁਰੂ ਦੇ ਲੜ ਲਗਾਉਣ ਦੇ ਵਿੱਚ ਖਾਮੋਸ਼ੀ ਦੇ ਨਾਲ ਯੋਗਦਾਨ ਬਣਿਆ ਰਿਹਾ। ਇਹ ਹੱਸਦਾ ਵਸਦਾ ਪਰਿਵਾਰ ਜਿਸ ਵਿੱਚ ਚਾਰ ਭਰਾ ਤਿੰਨ ਭੈਣਾਂ ਦਾ ਜ਼ਿਕਰ ਹੋਇਆ, ਇਸ ਵੇਲੇ ਸਤਨਾਮ ਰਾਹੀ ਜੀ ਜੋਗਾ ਜੀ, ਜਿਨ ਪ੍ਰੇਮ ਕੀਓ ਤਿੰਨੀ ਪ੍ਰਭ ਪਾਇਓ। ਪ੍ਰੇਮ ਰੱਬ ਦੀ ਬਣਾਈ ਹੋਈ ਸਾਰੀ ਕਾਇਨਾਤ ਜਿਹਦੇ ਵਿੱਚ ਰੱਬ ਦਾ ਰੂਪ ਬਣਿਆ ਹੋਇਆ ਹੈ। ਸਭ ਨਾਲ ਪਿਆਰ ਕਰਨਾ ਰੱਬ ਨਾਲ ਪਿਆਰ ਕਰਨਾ ਹੈ। ਇਹ ਪਹਿਲਾ ਸਬਕ ਹੈ ਕਿਤਾਬੇ ਖੁਦਾ ਕਾ, ਮਖਲੂਕ ਸਾਰੀ ਹੈ ਕੁਲਬਾ ਖੁਦਾ ਦਾ। ਅਨੇਕਾਂ ਸ਼ਬਦ ਮਹਾਂਪੁਰਸ਼ਾਂ ਦੀ ਡਿਕਸ਼ਨਰੀ ਵਿੱਚ, ਵੇਦਾਂ ਗ੍ਰੰਥਾਂ ਸ਼ਾਸਤਰਾਂ ਵਿੱਚ ਦਰਜ ਕੀਤੇ ਹੋਏ ਆਪ ਪੜ੍ਹਦੇ ਹੋ। ਜੇ ਸਭਨਾ ਵਿੱਚ ਇੱਕੋ ਰੰਗ ਜਿਵੇਂ ਆਪਣਾ ਨੂੰ
ਅਸੀਂ ਧਾਰਨ ਕਰਕੇ ਆਪਣੇ ਜੋ ਐਟਰੀਬਿਊਟਸ ਨੇ ਉਹ ਮਾਤਾ ਜੀ ਦੇ ਪ੍ਰਤੀ ਸ਼ਰਧਾਂਜਲੀ ਦੇ ਰੂਪ ਵਿੱਚ ਪੇਂਟ ਕਰ ਰਹੇ ਹਾਂ ਔਰ ਪ੍ਰਾਰਥਨਾ ਕਰ ਰਹੇ ਹਾਂ ਕਿ ਐਸੇ ਦਿਵੇ ਗੁਣਾਂ ਨੂੰ ਅਸੀਂ ਵੀ ਧਾਰਨ ਕਰ ਪਾਈਏ। ਤੋ ਆਏ ਹੋਏ ਜਿਤਨੇ ਵੀ ਆਪ ਵਰਸਸ ਵੀ ਭੈਣ ਆਏ ਹੋ ਸਾਰਿਆਂ ਦੇ ਚਰਨਾਂ ਵਿੱਚ ਨਮਨ ਪ੍ਰਾਰਥਨਾ ਹੈ ਇਸ ਪਾਰ ਨੂੰ ਪਰਮੇਸ਼ਵਰ ਨੂੰ ਜੀਵਨ ਦਾ ਆਧਾਰ ਬਣਾ ਕੇ ਆਪਣਾ ਉਧਾਰ ਵੀ ਕਰੀਏ ਆਪਣਾ ਸੁਧਾਰ ਵੀ ਕਰੀਏ। ਪਿਆਰ ਸੇ ਕਹਿਣਾ ਜੀ ਤਾਂ ਬੈਠਦੇ ਮੈਂ ਉੱਧਰ ਵੀ ਬਤਾ ਦੋ ਨਹੀਂ ਇੰਨੇ ਜ਼ਿਆਦਾ ਵੀ ਨਹੀਂ ਹੋਏ ਜੋ
ਸਤ ਸ੍ਰੀ ਦੋਨਾਂ ਦੇ ਜੀਵਨ ਨੂੰ ਸਮਰਪਿਤ ਅਸੀਂ ਸਾਰੇ ਇਕੱਠੇ ਹੋਏ ਹਾਂ। ਸ਼ਰਧਾ ਸੁਮਨ ਮੈਂਬਰ ਹੈ, ਆਪ ਵੀ ਦੇਖਦੇ ਹੋ ਕਿ ਸਾਈਡ ਤੋਂ ਲਾਈਨ ਆ ਰਹੀ ਹੈ। ਭੈਣਾਂ ਵੀਰ ਇੱਕਦਮ ਨਹੀਂ ਉੱਠਣ ਦੇ, ਸਹਿਜੇ ਸਹਿਜੇ ਆਪ ਜੀ ਨਮਸਕਾਰ ਕਰਕੇ ਆਪਣਾ ਸਥਾਨ ਲੈ ਰਹੇ ਹਾਂ। ਬੈਠਣ ਦੀ ਵਿਵਸਥਾ ਹਾਲ ਦੇ ਉੱਪਰ ਵੀ ਕੀਤੀ ਗਈ ਹੈ, ਤੋ ਇਹ ਜਿਹੜੀਆਂ ਵਿਵਸਥਾਵਾਂ ਨੇ ਇਹਨਾਂ ਦਾ ਆਪ ਜੀ ਲਾਭ ਪ੍ਰਾਪਤ ਕਰਨਾ। ਮਾਤਾ ਪ੍ਰੀਤਮ ਕੌਰ ਜੀ, ਸਤਨਾਮ ਰਾਹੀ ਜੀ, ਜੋਗਾ ਸਿੰਘ ਜੀ, ਰਜਿੰਦਰ ਵੀਰ ਜੀ, ਇਹਨਾਂ ਦੇ ਮਾਤਾ ਜੀ, ਇਹਨਾਂ ਦੇ ਜੀਵਨ ਵਿੱਚ ਸਤਸੰਗਤ ਐਸੀ ਹੀ ਬੇਪਰਵਾਹੀ ਆਈ, ਐਸੀ ਹੀ ਅਮੀਰੀ ਆਈ, ਐਸੀ ਹੀ ਨਾਮ ਦੀ ਖੁਮਾਰੀ ਆਈ, ਜਿਸ ਦੀ ਬਦੌਲਤ ਅੱਜ ਇਹਨਾਂ ਦਾ ਪੂਰਾ ਪਰਿਵਾਰ ਗੁਰੂ ਦਰਬਾਰ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਪਾਤਰ ਬਣਿਆ ਹੋਇਆ ਹੈ। ਸਤਸੰਗਤ, ਅੱਜ ਅਸੀਂ ਮਾਤਾ ਪ੍ਰੀਤਮ ਕੌਰ ਜੀ ਦੀ ਭੋਗ ਦੀ ਸੰਗਤ ਵੀ ਕਿਹਾ ਜਾ ਸਕਦਾ ਹੈ। ਸੰਸਾਰਕ ਤੌਰ 'ਤੇ ਕੁਝ ਐਸੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਜਾਂ ਸੋਗ ਸਭਾ ਵੀ ਕਿਹਾ ਜਾਂਦਾ, ਸੋਗ 'ਤੇ ਗਏ ਸੀ
ਪੰਦਰੰਕਾਰੀ ਮਿਸ਼ਨ ਦੇ ਅੰਦਰ ਇਸ ਪ੍ਰੋਗਰਾਮ ਨੂੰ ਪ੍ਰੇਰਨਾ ਦਿਵਸ ਕਿਹਾ ਜਾਂਦਾ। ਜੇ ਅਸੀਂ ਪ੍ਰੇਰਨਾ ਲੈਣੀ ਆ, ਜਾਣ ਵਾਲਾ ਤਾਂ ਚਲਿਆ ਗਿਆ, ਉਹ ਤੇ ਆਪਣਾ ਜੀਵਨ ਸੁੰਦਰ ਤਹਿ ਕਰਕੇ ਮਾਤਾ ਜੀ ਗਏ ਨੇ, ਪਰ ਅਸੀਂ ਇੱਥੋਂ ਅੱਜ ਕੀ ਪ੍ਰੇਰਨਾ ਲਵਾਂਗੇ, ਅਸੀਂ ਇੱਥੋਂ ਅੱਜ ਕੀ ਜਾਗਰਤੀ ਲਵਾਂਗੇ, ਅਸੀਂ ਖੁਦ ਆਪਣੇ ਆਪ ਬਾਰੇ ਸੋਚਾਂਗੇ ਕਿ ਅਸੀਂ ਵੀ ਇੱਕ ਦਿਨ ਦੁਨੀਆਂ ਤੋਂ ਜਾਣਾ ਹੈ, ਤੇ ਇਹਦੇ ਲਈ ਅਸੀਂ ਜਿਹੜਾ ਕੰਮ ਸੀ ਉਹ ਕੀਤਾ ਕਿ ਨਹੀਂ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਸ ਫਕੜੇ ਤੇਰੀ ਮੁਕਤੀ ਚਲੀ ਰਹਿਣ। ਕਹਿੰਦੇ ਸਮਾਂ ਤੇਰਾ ਬਤੀਤ ਹੁੰਦਾ ਜਾ ਰਿਹਾ ਹੈ, ਤੂੰ ਲਾਹਾ ਲੈਣ ਵਾਸਤੇ ਆਇਆ ਸੀ, ਪਰ ਲਾਹਾ ਖੱਟਣ ਦੀ ਬਜਾਏ ਤੂੰ ਇਸ ਦੁਨੀਆਂ ਦੇ ਅੰਦਰ ਖਚਤ ਹੋ ਗਿਆ ਹੈ। ਕਾਨੂੰ ਗਾਫਲ ਹੋ ਕੇ ਸੁੱਤਾ, ਅੱਖਾਂ ਮੀਟੀ ਹੈ ਇਨਸਾਨ, ਜਾਗ ਕੇ ਆਪਣਾ ਕੰਮ ਮੁਕਾਲਾ, ਜਿਸ ਲਈ ਆਇਆ ਵਿੱਚ ਜਹਾਨ। ਇਸ ਦੁਨੀਆਂ ਦੇ ਅੰਦਰ ਤੂੰ ਆਇਆ ਹੈ ਆਪਣਾ ਕੰਮ ਮੁਕਾਉਣਾ ਹੈ। ਕੰਮ ਕੀ ਹੈ ਕਿ ਭਈ ਪ੍ਰਾਪਤ ਮਨੁੱਖ ਦੇ ਗੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਸ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧੂ ਦੀ ਸੰਗਤ ਵਿੱਚ ਆ ਜਾ ਤੇ ਤੇਰਾ ਇਹ ਕਲਿਆਣ ਹੋ ਜਾਵੇਗਾ। ਇਸ ਲਈ ਇਹ ਪ੍ਰੇਰਨਾ ਲੈਣੀ ਅਸੀਂ ਸਾਰਿਆਂ ਨੇ, ਜਾਗਰਤੀ ਲੈਣੀ ਅਸੀਂ ਸਾਰਿਆਂ ਨੇ ਕਿ ਜੋ ਕੰਮ ਮਾਤਾ ਪ੍ਰੀਤਮ ਕੌਰ ਜੀ ਆਪ ਖੁਦ ਵੀ ਕਰਕੇ ਗਏ ਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਨੇ ਪ੍ਰੇਰਨਾ ਦਿੱਤੀ, ਆਪਣੇ ਬੱਚਿਆਂ ਨੂੰ ਵੀ ਉਹਨਾਂ ਨੇ ਗੁਰੂ ਘਰ ਨਾਲ ਜੋੜਿਆ, ਉਹਦਾ ਸਾਨੂੰ ਦ੍ਰਿਸ਼ ਸਾਡੇ ਸਾਹਮਣੇ ਅੱਜ ਦਿਸ ਰਿਹਾ ਹੈ ਕਿ ਪੂਰੇ ਦਾ ਪੂਰਾ ਪਰਿਵਾਰ ਸਤਿਗੁਰੂ ਨੂੰ ਨਤਮਸਤਕ ਹੈ। ਇਸ ਲਈ ਐਸੇ ਸਮਿਆਂ ਤੇ ਅਸੀਂ ਸਾਰਿਆਂ ਨੇ ਹੀ ਇਹ ਆਪਣੇ ਆਪ ਵਿੱਚ ਪਰਿਵਾਰ ਨਾਲ ਤਾਂ ਸਾਮ ਭੁੱਜੀ ਕਰਦੇ ਹੀ ਹਾਂ, ਖੁਦ ਤੇ ਵੀ ਤਰਸ ਕਰਨਾ ਕਿ ਇਹ ਸਮਾਂ ਮੇਰੇ ਤੇ ਆਉਣਾ, ਇਹਦੋਂ ਪਹਿਲਾਂ ਮੈਂ ਆਪਣਾ ਕੰਮ ਕਰ ਲਵਾਂ। ਪਿਆਰ ਨਾਲ ਬੋਲੋ ਪਿਆਰਿਓ, ਧੰਨ ਅਕਾਲ ਜੀ। ਪ੍ਰਿਓ ਭੈਣਾਂ ਵਾਲੀ ਸਾਈਡ ਤੇ ਇਹ ਤਸਵੀਰ ਸੱਜੀ ਹੈ ਮਾਤਾ ਪ੍ਰੀਤਮ ਕੌਰ ਦੀ। ਸਮਾਂ ਰਹਿੰਦੇ ਹੀ ਇਹ ਦਾਤ ਸੁਰਾਤ ਪ੍ਰਾਪਤ ਕਰ ਲਈ, ਜਿਸ ਵਾਸਤੇ ਇਹ ਰਚਨਾ ਨਿਰੰਕਾਰ ਪ੍ਰਭੂ ਨੇ ਰਚੀ ਹੈ, ਜਿੱਥੇ ਅਸੀਂ ਸ਼ਰਧਾ ਸੁਮਨ ਭੇਂਟ ਕਰ ਰਹੇ ਹਾਂ ਇਸ ਬ੍ਰਹਮਲੀਨ ਮਾਤਾ ਨੂੰ, ਚਾਨਣਾ ਪਾ ਕੇ ਗਏ ਕਿ ਅਸੀਂ ਆਪਣਾ ਜੀਵਨ ਵੀ ਸੰਵਾਰਨਾ ਹੈ। ਇਹ ਨਹੀਂ ਕਿ ਅਸੀਂ ਕਿਸੇ ਦੀਆਂ ਇਹ ਗੱਲ ਸਮਝ ਲਈ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਕੇ ਸੇਵਾ 'ਚ ਡਟ ਗਈ। ਦਾਸ ਜੀ ਹੁਣੇ ਗੱਲ ਹੋ ਰਹੀ ਸੀ ਥੋੜ੍ਹੇ ਦਿਨ ਪਹਿਲਾਂ, ਕਹਿੰਦੇ ਕਿ ਬਿਲਕੁਲ ਖਾਮੋਸ਼ ਰਹਿਣਾ, ਸਹਿਜ ਰਹਿਣਾ, ਪਰ ਸੇਵਾ 'ਚ ਡਟੇ ਰਹਿਣਾ। ਮਾਇਆ ਰਾਣੀ ਜੋਗਾ ਸਿੰਘ ਜੀ ਤੋਂ, ਰਿੰਦਰ ਜੀ ਤੋਂ, ਮਨਦੀਪ ਜੀ ਤੋਂ ਵੀ, ਬੇਟੇ ਤੋਂ, ਪੋਤੇ ਤੋਂ, ਆਪਣੇ ਤੋਂ, ਤੇ ਉਹ ਮਾਇਆ ਲੈ ਕੇ ਸਿੱਧਾ ਭਵਨ ਤੇ ਆ ਜਾਣਾ ਔਰ ਚੁੱਪ ਚੁੱਪੀ ਤੇ ਕਹਿਣਾ ਕਿ ਸੇਵਾਵਾਂ ਕਰੋ, ਸੰਗਤ ਆਉਂਦੀ ਹੈ, ਸੇਵਾਦਾਰ ਆਉਂਦੇ ਨੇ, ਦੁੱਧ ਦੀ ਸੇਵਾ ਕਰੋ, ਚਾਹ ਦੀ ਸੇਵਾ ਕਰੋ, ਕਿਸੇ ਨੂੰ ਦੱਸਣਾ ਨਹੀਂ, ਚੁੱਪ ਚਾਪ ਸਾਧ ਸੰਗਤ ਇਸ ਅਧਿਆਤਮ ਦੇ ਮਾਰਗ ਦੇ ਅੱਗੇ ਤੋਂ ਅੱਗੇ ਵੱਧਦੇ ਗਏ। ਧੰਨ ਹੈ ਸਹਿ ਜੀਵਨ, ਜਿਹੜੇ ਸਤਸੰਗ ਕਿਸੇ ਲਿਖਾਵੇ ਵਾਸਤੇ ਨਹੀਂ, ਕਿਸੇ ਹੁਕਮਾਂ ਵਾਸਤੇ ਨਹੀਂ, ਕੇਵਲ ਇਸ ਵਾਸਤੇ ਜੀਏ ਜਾਂਦੇ ਨੇ ਕਿ ਮੇਰੇ ਗੁਰੂ ਦਾ ਆਦੇਸ਼ ਹੈ, ਮੇਰੇ ਸਤਿਗੁਰੂ ਦੀ ਸਿਖਲਾਈ ਹੈ। ਔਰ ਸਤਿਗੁਰੂ ਮਾਤਾ ਸੁਰਿੰਦਰ ਹਰਦੇਵ ਜੀ ਮਹਾਰਾਜ ਕੀ ਹੈ। ਸਤਸੰਗ ਮਾਤਾ ਜੀ ਨੂੰ ਸ਼ਰਧਾ ਸੁਮਨ ਭੇਟ ਕਰਦੇ ਹਾਂ, ਨਾਲ ਹੀ ਅਸੀਂ ਸਭ ਨੇ ਪ੍ਰੇਰਨਾ ਲੈਣੀ ਹੈ ਆਪ ਸਤਿਗੁਰਾਂ ਕਰਨਾ। 1913 ਤੋਂ 2017 ਵਰੇ ਹੰਡਾਏ 104 ਮਾਤਾ ਜੀ ਨੇ 1913 ਤੋਂ 2017 ਵਰੇ ਹੰਡਾਏ 104 ਸਤਿਗੁਰੂ ਦੀ ਕਿਰਪਾ ਦੇ ਨਾਲ ਮਾਤਾ ਨੇ ਢਕਿਆ ਨਿਰੰਕਾਰ।
ਗਰੀਬੀ ਵਿੱਚ ਹੀ ਉਮਰ ਗੁਜ਼ਾਰੀ, ਹਰ ਪਲ ਹੋਏ ਸ਼ੁਕਰ ਗੁਜ਼ਾਰ, ਸੇਵਾ ਕੀਤੀ ਆਈ ਅਮੀਰੀ, ਸੇਵਾ ਕੀਤੀ ਆਈ ਅਮੀਰੀ, ਪਰ ਨਾ ਆਇਆ ਕਦੇ ਹੰਕਾਰ, ਦੇ ਕੇ ਕਿਸੇ ਨੂੰ ਨਾ ਚਿਤਾਇਆ, ਨਾ ਹੀ ਕੀਤੀ ਕਦੇ ਪੋਤੇ ਦੋਤੇ ਅੱਗੋਂ ਬੱਚੇ, ਤਿੰਨ ਧੀਆਂ ਤੇ ਪੁੱਤਰ ਚਾਰ, ਪੋਤੇ ਦੋਤੇ ਅੱਗੋਂ ਬੱਚੇ, ਤਿੰਨ ਧੀਆਂ ਤੇ ਪੁੱਤਰ ਚਾਰ, ਪੁੱਤਰ ਪੋਤੇ ਧੀਆਂ ਦੋਤੇ, ਸਭ ਦਾ ਵਧੀਆ ਕਾਰੋਬਾਰ, ਸਾਰੇ ਇੱਕ ਤੋਂ ਇੱਕ ਵੱਧ ਕੇ ਗੁਰਭਗਤੀ ਵਿੱਚ ਰਚਿਆ ਪਰਿਵਾਰ, ਵੱਧ ਚੜ ਕੇ ਨੇ ਸੇਵਾ ਕਰਦੇ, ਸਭ ਦਾ ਕਰਦੇ ਨੇ ਸਤਿਕਾਰ, ਮਾਤਾ ਜੀ ਦੀ ਹੀ ਬਦੌਲਤ, ਮਾਤਾ ਜੀ ਦੀ ਹੀ ਬਦੌਲਤ, ਸਾਰੇ ਆਉਣ ਸੰਗਤ ਸਮੇਂ ਸਾਰ, ਮਾਤਾ ਪ੍ਰੀਤਮ ਕੌਰ ਜੀ ਦੀ ਸਿੱਖਿਆ, ਆਓ ਵਸਾਈਏ ਦਿਲ ਵਿਚਕਾਰ। ਗ੍ਰੰਥ ਸਾਡੇ ਲਈ ਲਿਖ ਕੇ ਰੱਖ ਗਏ, ਗ੍ਰੰਥ ਸਾਡੇ ਲਈ ਲਿਖ ਕੇ ਰੱਖ ਗਏ, ਗੁਰੂ ਪੀਰ ਰੱਬੀ ਅਵਤਾਰ, ਸਤਿਗੁਰ ਕੋਲੋਂ ਗਿਆਨ ਲੈ ਕੇ ਹੋ ਜਾਓ ਤੁਸੀਂ ਵੀ ਭਵ ਸਾਗਰ ਪਾਰ, ਜੋ ਬ੍ਰਹਮ ਗਿਆਨ ਤੋਂ ਰਹਿ ਗਿਆ ਵਾਂਝਾ, ਜੋ ਬ੍ਰਹਮ ਗਿਆਨ ਤੋਂ ਰਹਿ ਗਿਆ ਵਾਂਝਾ, ਪਉ 84 ਦੀ ਫਿਰ ਮਾਰ, ਸਤਿਗੁਰ ਦੀ ਸ਼ਰਨ 'ਚ ਆ ਕੇ ਆਪਣਾ ਜੀਵਨ ਲਓ ਸਵਾਰ, ਹੱਥ ਜੋੜ ਕੇ ਬਤਰਾ ਕਹਿੰਦਾ, ਹੱਥ ਜੋੜ ਕੇ ਬਤਰਾ ਕਹਿੰਦਾ, ਮੰਨ ਲਓ ਆਪ ਜੀ ਵੀ ਇੱਕ ਵਾਰ, ਮਾਤਾ ਪ੍ਰੀਤਮ ਕੌਰ ਜੀ ਦੀ ਸਿੱਖਿਆ, ਆਓ ਵਸਾਈਏ ਦਿਲ ਵਿਚਕਾਰ, ਆਓ ਵਸਾਈਏ ਦਿਲ ਵਿਚਕਾਰ। ਸਤਸੰਗ ਜੀ ਧੰਨਵਾਦ। ਸਤਸੰਗਤ ਸ਼ਾਮ ਪਈ ਬਿਨ ਸ਼ਾਮ ਮੁਹੰਮਦਾ, ਤੈਂ ਕਰ ਜਾਂਦੀ ਨੇ ਡਰਨਾ, ਸ਼ਾਮ ਨਿਰੰਕਾਰ ਨਹੀਂ ਮਿਲਿਆ ਨਾ, ਤੇ ਸ਼ਾਮ ਪਈ, ਇਹ ਜਿਹੜੀ ਸ਼ਾਮ ਪੈ ਗਈ ਮਾਤਾ ਪ੍ਰੀਤਮ ਕੌਰ ਜੀ ਦੀ, ਸਭ ਦੀ ਪਊਗੀ। ਔਰ ਸਾਧ ਸੰਗਤ ਜਿਹੜਾ ਇਹ ਪ੍ਰੇਰਣਾ ਦਿਵਸ ਹੈ ਨਾ, ਇਹ ਸਾਰਾ ਪ੍ਰਾਣਾ ਵਾਲਿਆਂ ਵਾਸਤੇ ਹੈ। ਕੋਈ ਸ਼ੱਕ ਨਹੀਂ, ਗੁਰਬਾਣੀ ਚ ਸਾਧ ਸੰਗਤ ਸਾਰਾ ਕੂੜ ਦੱਸਿਆ ਔਰ ਦੱਸਿਆ ਵੀ ਇਹ ਸਾਰਾ ਕੁਝ ਜਾਊਗਾ, ਕੋਈ ਸ਼ੱਕ ਨਹੀਂ। ਇਹਦਾ ਮਤਲਬ ਗੁਰਬਾਣੀ ਨੇ ਸਿਰਫ ਉਸ ਚੀਜ਼ ਬਾਰੇ ਐਲਾਨ ਕੀਤਾ ਜਿਹੜੀ ਜਾਊਗੀ, ਨਹੀਂ ਸਾਧ ਸੰਗਤ ਜੇ ਇਹ ਕਿਹਾ ਨਾ, ਕਹੋ ਨਾਨਕ ਫਿਰ ਕਛੂ ਨਾਹੀਂ, ਫਿਰ ਨਹੀਂ ਹੈਗਾ ਕੁਛ, ਪੈਰਾਂ ਦੇ ਥੱਲੇ ਧਰਤੀ ਵੀ ਖਿਸਕ ਜਾਊ, ਸਰੀਰ ਵੀ ਨਹੀਂ ਰਹੂਗਾ। ਸਾਧ ਸੰਗਤ ਫਿਰ ਨਹੀਂ ਕਿਹਾ, ਪਰ ਇੱਥੇ ਕੁਛ ਇਹੋ ਜਿਹਾ ਵੀ ਕਿਹਾ, ਇਹ ਕੋਈ ਸ਼ੱਕ ਨਹੀਂ, ਅਨਡਾਊਟਡਲੀ ਨਹੀਂ ਰਹੋਗੇ ਸੂਰਜ ਚੰਦਰਮਾ ਤਾਰੇ, ਨਹੀਂ ਰਹੂਗੀ ਧਰਤੀ ਅੱਗ ਪਾਣੀ, ਨਹੀਂ ਰਹੂਗਾ ਵਾਯੂ ਜੀਵ ਆਕਾਸ਼, ਪਰ ਸਾਧ ਸੰਗਤ ਕੁਛ ਇਹੋ ਜਿਹਾ ਤਾਂ ਹੈਗਾ ਨਾ ਜਿਹੜਾ ਸਦਾ ਰਹੂਗਾ, ਇਹ ਚ ਕੋਈ ਸ਼ੱਕ ਨਹੀਂ। ਜੇ ਕਿਹਾ ਵੀ ਫਿਰ ਕਛੂ ਨਹੀਂ, ਵੀ ਫਿਰ ਨਹੀਂ ਹੈਗਾ ਕੁਛ, ਪਰ ਸਾਧ ਸੰਗਤ ਐਵੇਂ ਤਾਂ ਕਿਹਾ ਨਾ, ਫਿਰ ਘਰ ਬੈਸੋ ਹਰ ਜਨ ਪਿਆਰੇ, ਇਹਦਾ ਮਤਲਬ ਹੈ ਵੀ ਕੁਛ ਇਹੋ ਜਿਹਾ ਵੀ ਇੱਥੇ ਹੈਗਾ ਜਿਹੜਾ ਫਿਰ ਹੈ, ਵੀ ਉਸ ਫਿਰ ਘਰ ਚ ਬਹਿਣਾ। ਔਰ ਸਾਧ ਸੰਗਤ ਉਹਦਾ ਭਾਰਤ ਦਾ ਕੋਈ ਵੀ ਵਾਸੀ ਜੇ ਮਿਥੋਂ ਪੁੱਛੋ ਤੇ ਸੱਚੀ ਪੁੱਛੋ, ਸਾਰੇ ਸਵਰਗ ਵਾਸੀ ਹੈ, ਸਾਰੇ ਬ੍ਰਾਹਮਣੀ ਹੈ। ਬੜੇ ਜਦ ਘਰ ਆਏ ਮਹਿਮਾਨ, ਕੁੜੇ ਕਰ ਕੱਤਣ ਵੱਲ ਧਿਆਨ, ਕੁੜੇ ਮੇਰਾ ਤੁਹਾਡਾ ਸਭ ਦਾ ਜਨਮ ਬੇਹੋਸ਼ੀ ਚ ਹੋਇਆ, ਸਾਧ ਸੰਗਤ ਬੇਹੋਸ਼ੀ ਚ ਹੋਇਆ, ਤੁਸੀਂ ਦੱਸੋ ਨਾ ਜਦੋਂ ਬੇਹੋਸ਼ੀ ਚ ਹੋਇਆ ਔਰ ਆਉਣ ਵਾਲੇ
ਸਮੇਂ ਚ ਵੀ ਜਿਹਦਾ ਜਨਮ ਹੋਊਗਾ ਬੇਹੋਸ਼ੀ ਚ ਹੋਊਗਾ। ਮਾਤਾ ਪ੍ਰੀਤਮ ਕੌਰ ਜੀ ਦਾ ਵੀ ਜਨਮ ਬੇਹੋਸ਼ੀ ਚ ਹੋਇਆ। ਬੇਹੋਸ਼ੀ ਦਾ ਮਤਲਬ ਮੇਰੇ ਕਹਿਣ ਦਾ ਭਾਵ ਹੈ ਸਾਧ ਸੰਗਤ, ਬੇਹੋਸ਼ੀ ਦਾ ਮਤਲਬ ਹੈ ਜਦੋਂ ਜੰਮੇ ਅਵਤਾਰ ਤੇ ਰਾਜ ਹਕੀਕੀ ਪੂਰੇ ਗੁਰੂ ਤੋਂ ਪਾਣਾ ਹੈ। ਸਾਧ ਸੰਗਤ ਦੇ ਪ੍ਰੇਰਨਾ ਦਿਵਸ ਦਾ ਜੇ ਨਾ ਉਹਦੇ ਲਈ ਸਿਰਫ ਇੱਕ ਨਾ ਹੀ ਬੋਲ ਕੇ ਜਾ ਚਾਹੂੰਗਾ, ਉਹ ਹੈ ਪੁਸ਼ਪਾਂਜਲੀਆਂ, ਸ਼ਰਧਾਂਜਲੀਆਂ। ਸੰਤ ਨੂੰ ਧੰਨ ਧੰਨ ਕਹਿਣਾ ਹੁੰਦਾ ਹਰ ਦਿਲ ਦੇ ਅਰਮਾਨਾਂ ਨੇ। ਮਾਤਾ ਪ੍ਰੀਤਮ ਕੌਰ ਜੀ ਦੇ ਜੀਵਨ ਨੂੰ ਨਮਨ ਕਰਕੇ ਗਏ ਉੱਥੇ ਨਾਲ ਦੀ ਨਾਲ ਸਾਧ ਸੰਗਤ ਜਾਗਰਤੀ ਸਾਨੂੰ ਸਭ ਆਪਣਾ ਆਪੇ ਹੀ ਕਾਰ ਸਵਾਰੀਅਤ ਦੇ ਅਨੁਸਾਰ ਤੁਸੀਂ, ਕਿਉਂਕਿ ਸਾਡੇ ਪਾਸ ਅੱਜ ਵੇਲਾ ਹੈ, ਸਵਾਸ ਚੱਲ ਰਹੇ ਨੇ, ਨਮਕਾਰ ਪ੍ਰਭੂ ਦੇ ਦਿੱਤੇ, ਪਤਾ ਨਹੀਂ ਕਦ ਬਿਆਨ ਨਾਲ ਆਖੋ। ਬੋਲੋ ਸਤਿਗੁਰੂ ਮਾਤਾ ਸੁਰਿੰਦਰ ਹਰਦੇਵ ਜੀ ਮਹਾਰਾਜ ਕੀ ਜੈ। ਸਤਸੰਗ ਜੀਓ, ਪੂਰੀ ਸਤਸੰਗਤ ਦਾ ਬਹੁਤ ਬਹੁਤ ਧੰਨਵਾਦ। ਚਾਵਲਾ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਟਾਈਮ ਦਿੱਤਾ ਸਾਨੂੰ, ਸ਼ੁਕਰਾਨਾ। ਔਰ ਜਿਤਨੇ ਵੀ ਹੋ ਸੱਜਣ, ਰਿਸ਼ਤੇਦਾਰ, ਮਹਿਮਾਨ, ਸਭ ਪਾਰਟੀਆਂ ਆਈਆਂ ਨੇ, ਸਾਰੇ ਸੱਜਣਾਂ ਦਾ ਜਿਹੜੇ ਦੇਸ਼ ਦੀ ਸੇਵਾ, ਲੋਕ ਸੇਵਾ, ਭਲਾਈ ਸੇਵਾ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ। ਇੱਕ ਇੱਕ ਦਾ ਨਾਮ ਲੈਣ ਲੱਗਿਆ ਤੇ ਟਾਈਮ ਲੱਗ ਜਾਏਗਾ, ਇਤਨਾ ਹੀ ਪ੍ਰਵਾਨ ਕਰਨਾ। ਸਭ ਦਾ ਸ਼ੁਕਰੀਆ, ਧੰਨਵਾਦ। ਤੋ ਜੀ ਆਇਆਂ ਤੋ ਸਤਸੰਗਤ ਜੀ, ਇਹ ਜੋ ਆਹ ਜੋ ਸਮਾਂ ਹੈ, ਡਾਕਟਰ ਸਾਹਿਬ ਜੀ ਦੱਸ ਕੇ ਗਏ ਨੇ ਕਿ ਇਹ ਸਾਨੂੰ ਹੀ ਫਾਇਦਾ, ਇਹ ਤੋਂ ਲਾਭ ਉਠਾ ਲਈਏ ਕਿ ਆਓ ਸੱਜਣੋ, ਮੌਕਾ ਹੈ, ਇਸ ਹੀ ਜਨਮ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ। ਜਿਨ੍ਹਾਂ ਨੇ ਕੀਤਾ ਪ੍ਰਭੂ ਦਾ ਦੀਦਾਰ, ਉਹਨਾਂ ਨੇ ਹੀ ਕਿਹਾ। ਸਤਸੰਗਤ ਜੀ ਇਹੀ ਕਹਿੰਦਾ ਹੋਇਆ ਦੱਸ ਖੇਮਾ ਦਾ ਜਸ ਹੈ, ਪਿਆਰ ਨਾ ਆਖੋ। ਬਲਾਕ ਕਾਂਗਰਸ ਸਰਦਾਰ ਪ੍ਰਵਿੰਦਰ ਰੰਧਾਵਾ ਜੀ, ਹੈਪੀ ਸ਼ਰਮਾ ਜੀ, ਰਾਜ ਕੁਮਾਰ ਰਾਜੂ ਜੀ, ਅਨਿਲ ਭਾਰਦਵਾਜ ਜੀ, ਕੁਲਵੀਰ ਠੇਕੇਦਾਰ ਜੀ, ਵਿਪਨ ਵਿਨਾਇਕ ਜੀ, ਅਜੀਤ ਸਿੰਘ ਗਰੇਵਾਲ ਜੀ, ਆਮ ਆਦਮੀ ਪਾਰਟੀ ਦਾ ਅਜੀਤ ਸਿੰਘ ਗਰੇਵਾਲ, ਸੰਜੇ ਸ਼ਰਮਾ ਜੀ, ਬਲਾਕ ਪ੍ਰੈਜੀਡੈਂਟ ਕਾਂਗਰਸ, ਪ੍ਰਮੋਦ ਅਗਰਵਾਲ ਜੀ, ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸ਼੍ਰੀਮਤੀ ਆਸ਼ਾ ਗਰਗ ਜੀ, ਕੌਂਸਲਰ ਗੁਰਵਿੰਦਰ ਸਿੰਘ ਜੀ, ਸੀਨੀਅਰ ਕਾਂਗਰਸ ਲੀਡਰ ਕੁਲਦੀਪ ਸਿੰਘ ਜੰਡਾ ਜੀ, ਐਕਸ ਕੌਂਸਲਰ, ਸਤਸੰਗਤ ਦੇ ਨਾਮ ਇਸ ਵਾਸਤੇ ਅਨਾਊਂਸ ਕੀਤੇ ਨੇ ਕਿ ਇਹ ਵੀ ਕਰਨ ਉਪਰੰਤ ਫਿਰ ਅਸੀਂ ਸਾਰੇ ਸਟੇਜ ਵੱਲੋਂ ਸਮਰਪਿਤ ਹੋ ਜਾਵਾਂਗੇ। ਸਤਸੰਗ ਜੀ, ਸਤਿਗੁਰੂ ਮਾਤਾ ਸੁਰਿੰਦਰ ਹਰਦੇਵ ਜੀ ਮਹਾਰਾਜ ਕੀ ਜੈ। ਐਸੇ ਜਨ ਦੀ
104 ਸਾਲ ਦੀ ਉਮਰ ਸੰਸਾਰ ਦੇ ਵਿੱਚ ਰਹਿ ਕੇ ਗਏ। ਲੰਬੀ ਜ਼ਿੰਦਗੀ ਔਰ ਚੰਗੀ ਜ਼ਿੰਦਗੀ ਬਤੀਤ ਕਰਕੇ ਗਏ। ਇਹਨਾਂ ਦੇ ਜੀਵਨ ਦੇ ਕੁਛ ਅੰਸ਼ ਜਿਸ ਦਾ ਜ਼ਿਕਰ ਵੀ ਗਾਹੇ ਬਗਾਏ ਕੀਤਾ ਗਿਆ, ਜ਼ਿੰਦਗੀ ਦੇ ਵਿੱਚ ਪਿਆਰ ਹੈ, ਜਜ਼ਬਾ ਸੇਵਾ ਦਾ ਹੈ, ਪਰਿਵਾਰ ਨੂੰ ਸਤਿਗੁਰੂ ਦੇ ਲੜ ਲਗਾਉਣ ਦੇ ਵਿੱਚ ਖਾਮੋਸ਼ੀ ਦੇ ਨਾਲ ਯੋਗਦਾਨ ਬਣਿਆ ਰਿਹਾ। ਇਹ ਹੱਸਦਾ ਵਸਦਾ ਪਰਿਵਾਰ ਜਿਸ ਵਿੱਚ ਚਾਰ ਭਰਾ ਤਿੰਨ ਭੈਣਾਂ ਦਾ ਜ਼ਿਕਰ ਹੋਇਆ, ਇਸ ਵੇਲੇ ਸਤਨਾਮ ਰਾਹੀ ਜੀ, ਜੋਗਾ ਜੀ, ਰਜਿੰਦਰ ਰੇਮੀ ਜੀ, ਇੱਕ ਭਾਈ ਸਾਹਿਬ ਸਮਾਂ ਪੂਰਾ ਕਰ ਚੁੱਕੇ ਹਨ, ਉਹਨਾਂ ਸਾਰਿਆਂ ਨੂੰ ਬਹੁਤ ਅੱਛੀ ਦੀਕਸ਼ਾ ਸ਼ਿਕਸ਼ਾ ਦੇ ਕੇ ਸਹਿਜ ਭਾਵ ਦੇ ਨਾਲ ਹੀ ਖਮੋਸ਼ ਹੋ ਗਏ। ਸੋਚਣ ਵਿਚਾਰਨ ਵਾਲੀ ਗੱਲ ਇਹ ਹੈ, ਬੇਹੋਸ਼ ਹੋਣ ਤੋਂ ਪਹਿਲਾਂ, ਖਮੋਸ਼ ਹੋਣ ਤੋਂ ਪਹਿਲਾਂ ਹੋਸ਼ ਵਿੱਚ ਆਉਣਾ ਜ਼ਰੂਰੀ ਹੈ। ਬਾਬਾ ਜੀ ਫਰਮਾਉਂਦੇ ਸਨ, ਅੰਤ ਤੋਂ ਪਹਿਲੇ ਬੇਅੰਤ ਨੂੰ ਜਾਣ ਲਓ। ਜਿਸ ਦਾਤੇ ਨੇ ਬਖਸ਼ੀ ਤੈਨੂੰ ਸੁੰਦਰ ਰੂਪ ਜਵਾਨੀ ਹੈ, ਇਸ ਨੂੰ ਇੱਕ ਛਿਣ ਨਾ ਭੁੱਲੀ। ਐਸੇ ਪ੍ਰਭੂ ਪਰਮੇਸ਼ਵਰ ਨੂੰ ਕਦੇ ਵਿਸਾਰਨਾ ਨਹੀਂ ਹੈ, ਜ਼ਾਤ ਦੇ ਦੀ ਲਾਸਾਨੀ ਹੈ। ਇਸ ਦੀ ਤੁਲਨਾ ਵਿੱਚ ਦੁਨੀਆਂ ਦੀ ਕੋਈ ਚੀਜ਼ ਨਹੀਂ ਹੈ। ਆਪ ਅਨੇਕ ਵਾਰ ਇਹ ਬਚਨ ਸੁਣਦੇ ਆ ਰਹੇ ਹੋ, ਉੱਠ ਜਾਗ ਮੁਸਾਫਰ ਭੋਰ ਪਈ, ਅਬ ਰਹਿਣ ਕਹਾਂ ਜੋ ਸੋਵਤ ਹੈ। ਜੋ ਸੋਵਤ ਹੈ, ਸੁਖੋਵਤ ਹੈ, ਜੋ ਜਾਗਤ ਹੈ, ਇੱਕ ਫਰਿਆਦ ਹੈ। ਪੂਰਨ ਸਤਿਗੁਰੂ ਦਾ ਸੰਗ ਕਰਕੇ ਨਾਮ ਦੇ ਰੰਗ ਨੂੰ ਜੀਵਨ ਵਿੱਚ ਸਥਾਪਿਤ ਕਰੋ, ਜਿਸ ਦੇ ਨਾਲ ਇਸ ਮਤ ਕਰ ਇਸੇ ਹੇਤ ਗੁਰੂ ਚਰਨੀ ਚਿਤਲ ਇੱਕ ਸਾਈਡ ਨਹੀਂ ਹੈ, ਦੋਨੋਂ ਪਹਿਲੂ ਦੱਸੇ ਗਏ। ਉਜਾਲੇ ਵੱਲ ਕਦਮ ਪੋਸ਼ੀ ਹੋਏਗੀ, ਸਾਰੇ ਭਰਮ ਟੁੱਟਣਗੇ, ਰਸਤੇ ਸਾਫ਼ ਹੋ ਜਾਣਗੇ। ਸਤਨਾ ਹੋਤੇ ਜਗਤ ਮੇ ਤੋ ਜਲ ਵਰਤਾ ਸੰਸਾਰ। ਇਸ ਲਈ ਪਹਿਲਾਂ ਤੋਂ ਪਰਮ ਮੰਤਵ ਨੂੰ ਜਾਣਨਾ ਜ਼ਰੂਰੀ ਹੈ। ਆਇਆ ਥਾ ਹਰੀ ਭਜਨ ਕੋ, ਉੜਨ ਲਗਾ ਕਪਾਸ। ਸਮਥਿੰਗ ਡਿਫਰੈਂਟ, ਜਿਸ ਦਾ ਕੋਈ ਤਲਕ ਹੀ ਨਹੀਂ ਹੈ, ਮੈਨੇ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਕੰਮ ਅਸੀਂ ਪਾਰਟ ਆਫ ਲਾਈਫ ਬਣਾ ਕੇ ਨਿਭਾ ਰਹੇ ਹਾਂ। ਮਹਾਂਪੁਰਸ਼ਾਂ ਨੇ ਸੈਂਕੜੇ ਸਾਲ ਪਹਿਲਾਂ ਤਬਸਰਾ ਕਰਦੇ ਹੋਏ ਜ਼ਿਕਰ ਕੀਤਾ ਸੀ ਕਿ ਇਹ ਕੰਮ ਨਿੰਦਰਾ ਭੋਜਨ ਭੋਗ ਪੈ, ਇਹ ਪਸ਼ੂ ਪੁਰਤ ਸਮਾਨ। ਨਿੰਦਰ ਕਰਨੀ, ਭੋਜਨ ਕਰਨਾ, ਦੁਨੀਆਂ ਦੇ ਭੋਗ ਵਿੱਚ ਗੁਜ਼ਰਨਾ, ਪੈ ਵਿੱਚ ਰਹਿਣਾ, ਇਹ ਕੁਝ ਐਸੇ ਕਰੈਕਟਰਿਸਟਿਕਸ ਨੇ ਜੋ ਬੰਦਿਆਂ ਵਿੱਚ ਅਤੇ ਜਾਨਵਰਾਂ ਦੇ ਵਿੱਚ ਸਾਂਝੇ ਨੇ।
ਗਿਆਨ ਅਧਿਕ ਨਰਨਵੇਂ ਗਿਆਨ ਬਿਨਾ ਪਸ਼ੂ ਜਾ। ਗਿਆਨ ਤੋਂ ਭਾਵ ਪ੍ਰਭੂ ਦੀ ਜਾਣਕਾਰੀ ਹੈ। ਜੇ ਇਹ ਜਾਣਕਾਰੀ ਜੀਵਨ ਕਾਲ ਵਿੱਚ ਸੁਲਭ ਹੋ ਗਈ ਤਾਂ ਫਿਰ ਮੈਂ ਇਨਸਾਨ ਹੋਣ ਦਾ ਸਬੂਤ ਬਣ ਗਿਆ ਔਰ ਜਿਸ ਨੇ ਆਪਣਾ ਪ੍ਰਭੂ ਪਛਾਤਾ ਉਸ ਦਾ ਹੋਇਆ ਬੇੜਾ ਪਾਰ। ਇਸ ਜੰਗ ਅੰਦਰ ਉਹੀ ਸੁਖਿਆ ਬਾਕੀ ਦੁਖਿਆ ਕੁੱਲ ਸੰਸਾਰ। ਮਹਾਂਪੁਰਸ਼ਾਂ ਦੀ ਬਾਣੀ ਪੜ੍ਹੋ, ਕਿਸ ਗ੍ਰੈਵਿਟੀ ਤੱਕ ਗਏ, ਕਿਸ ਗਹਿਰਾਈ ਤੱਕ ਗਏ ਔਰ ਇਸ ਨੂੰ ਜ਼ਿਕਰ ਕਰਦੇ ਹੋਏ ਮਹਾਂਪੁਰਸ਼ਾਂ ਦੇ ਫਰਮਾਨ ਆਏ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਸਾਰੇ ਵਸਤ ਉਹਨਾਂ ਨੂੰ ਇਕੱਠਾ ਕੀਤਾ ਗਿਆ। ਕੋਈ ਵਿਅਕਤੀ ਸਾਰੀ ਦੁਨੀਆਂ ਵਿੱਚ ਸਭ ਤੋਂ ਸੋਹਣਾ ਹੈ, ਉੱਚੀ ਕੁੱਲ ਵਿੱਚ ਜਨਮ ਲੈਣ ਦਾ ਉਸਨੂੰ ਗਰਵ ਪ੍ਰਾਪਤ ਹੋ ਗਿਆ, ਪ੍ਰਭੂ ਨੇ ਮਿਹਰ ਕਰ ਦਿੱਤੀ। ਜਿਸ ਨੂੰ ਕਹਿ ਸਕਦੇ ਹਾਂ ਕਿ ਜੰਮਦਿਆਂ ਹੀ ਮੂੰਹ ਵਿੱਚ ਚਾਂਦੀ ਦਾ ਚਮਚ ਸੀ, ਉੱਚੀ ਕੁੱਲ ਵਿੱਚ ਜਨਮ ਹੋ ਗਿਆ, ਚਤਰ ਚਲਾਕੀ ਇਤਨੀ ਹੈ ਕਿਸੇ ਨੂੰ ਜਵਾਬ ਨਹੀਂ ਦੇਣ ਦਿੰਦਾ, ਨਾ ਜਵਾਬ ਕਰ ਦਿੰਦਾ ਹੈ, ਆਰਗੂਮੈਂਟਸ ਦੀ ਇੰਤਹਾ ਹੈ ਉਹਦੇ ਪਾਸ। ਬਾਤਨ ਵੀ ਅਸਮਾਨ ਗਿਰਾਵੇ, ਗੱਲਾਂ ਬਾਤਾਂ ਨਾਲ ਅਸਮਾਨ ਧਰਤੀ ਤੇ ਲਿਆਉਣ ਦੀ ਮੁਹਾਰਤ ਹੈ, ਇਤਨਾ ਜ਼ਿਆਦਾ ਉਹਦੇ ਵਿੱਚ ਇਹ ਵਸਤ ਹੈ। ਮੁੱਖ ਗਿਆਨੀ ਗਿਆਨ ਉਪਦੇਸ਼ ਦੀਆਂ ਗੱਲਾਂ ਵੀ ਪੜ੍ਹੇ ਪੜ੍ਹਾਏ ਸੁਣੇ ਸੁਣਾਏ ਬੇਸ ਦੇ ਉੱਤੇ ਸੁਣਾਉਣ ਦੀ ਸ਼ਮਤਾ ਹੈ। ਧਨ ਵੀ ਇਤਨਾ ਹੈ ਕਿ ਅਕਾਊਂਟੇਬਲ ਨਹੀਂ ਹੈ, ਗਿਣਤੀ ਤੋਂ ਬਾਹਰ ਹੈ। ਇੰਨਾ ਕੁਝ ਹੋ ਕੇ ਵੀ ਜਦੋਂ ਉਸਦੀ ਵੈਲੂਏਸ਼ਨ ਕੀਤੀ ਗਈ, ਆਪਾਂ ਅੰਦਾਜ਼ਾ ਲਗਾਈਏ ਵੇਅਰ ਵੀ ਸਟੈਂਡ, ਅਸੀਂ ਕਿੱਥੇ ਖੜ੍ਹੇ ਹਾਂ, ਤਾਂ ਅੱਗੋਂ ਜਵਾਬ ਇਹ ਆਇਆ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਸ ਇਨਸਾਨ ਨੂੰ ਜਿਉਂਦਿਆਂ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਉਸਨੂੰ ਇੱਕ ਡੈਡ ਬੋਡੀ ਕਿਹਾ ਗਿਆ। ਵੇ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ। ਪ੍ਰੇਮ ਰੱਬ ਦੀ ਬਣਾਈ ਹੋਈ ਸਾਰੀ ਕਾਇਨਾਤ ਜਿਹਦੇ ਵਿੱਚ ਰੱਬ ਦਾ ਰੂਪ ਬਣਿਆ ਹੋਇਆ ਹੈ, ਸਭ ਨਾਲ ਪਿਆਰ ਕਰਨਾ ਰੱਬ ਨਾਲ ਪਿਆਰ ਕਰਨਾ ਹੈ। ਇਹ ਪਹਿਲਾ ਸਬਕ ਹੈ ਕਿਤਾਬੇ ਖੁਦਾ ਕਾ, ਮਖਲੂਕ ਸਾਰੀ ਹੈ ਕੁਲਬਾ ਖੁਦਾ ਕਾ। ਅਨੇਕਾਂ ਸ਼ਬਦ ਮਹਾਂਪੁਰਸ਼ਾਂ ਦੀ ਡਿਕਸ਼ਨਰੀ ਵਿੱਚ, ਵੇਦਾਂ ਗ੍ਰੰਥਾਂ ਸ਼ਾਇਤਰਾਂ ਵਿੱਚ ਦਰਜ ਕੀਤੇ ਹੋਏ ਆਪ ਪੜ੍ਹਦੇ ਹੋ ਕਿ ਸਭਨਾ ਵਿੱਚ ਇੱਕੋ ਰੱਬ ਹੈ, ਕੌਣ ਬੁਰਾ ਤੇ ਕੌਣ ਹੈ ਚੰਗਾ। ਤਾਂ ਇਸ ਲਈ ਸਾਰਿਆਂ ਵਿੱਚ ਪ੍ਰਭੂਤਵ ਦਾ ਅਹਿਸਾਸ ਕਰਦੇ ਹੋਏ ਪ੍ਰੇਮ ਦੇ ਰੂਪ ਕਾਇਮ ਕੀਤੇ ਗਏ, ਇਹ ਭਗਤੀ ਦਾ ਇੱਕ ਸੁੰਦਰ ਸਿਲੋਨਾ ਰੂਪ ਮੰਨਿਆ ਗਿਆ। ਇਸ ਲਈ ਮਹਾਤਮਾ ਪੁਰਸ਼ੋ ਇਸ ਵਾਰ ਬੰਬ ਪਰਮੇਸ਼ਵਰ ਨੂੰ ਜੀਵਨ ਦਾ ਆਧਾਰ ਬਣਾਉਣਾ ਆਪਸ਼ਨਲ ਨਹੀਂ ਹੈ, ਮੰਨਣਾ ਜਾਂ ਨਾ ਮੰਨਣੇ ਦਾ ਸਵਾਲ ਹੀ ਨਹੀਂ ਹੈ, ਸਭ ਨੇ ਮੰਨਣਾ ਹੈ। ਬਿਨ ਜਾਣੇ ਨਿਰੰਕਾਰ ਪ੍ਰਭੂ ਨੂੰ ਜਨਮ ਅਕਾਰਥ ਜਾਣਾ ਹੈ। ਮਾਇਆ ਵਿੱਚ ਗਲਤਾਨ ਬੰਦੇ ਦਾ ਤ੍ਰਿਕ ਪੀਣਾ ਤ੍ਰਿਕ ਖਾਣਾ ਹੈ। ਦੁਨੀਆਂ ਦੇ ਸਕੇਲ ਦੇ ਮੁਤਾਬਕ ਸਾਰੀ ਦੁਨੀਆਂ ਦਾ ਕੋਈ ਰਾਜਾ ਬਣ ਜਾਏ ਤੇ ਮੰਨਿਆ ਜਾ ਸਕਦਾ ਹੈ ਸਭ ਤੋਂ ਵੱਡਾ ਹੈ, ਪਰ ਇੱਥੇ ਇਹ ਕਿਹਾ ਜਾਂਦਾ ਹੈ ਕੁੱਲ ਦੁਨੀਆਂ ਦਾ ਰਾਜਾ ਹੋਵੇ ਪਰ ਜੇ ਚੇਤੇ ਨਾਮ ਨਹੀਂ, ਬਿਨ ਮਾਲਕ ਦੇ ਘੋੜਾ ਹੈ ਜਿਸ ਨੂੰ ਕੋਈ ਲਗਾਮ ਨਹੀਂ। ਤੋ ਜਿਸ ਨੇ ਪ੍ਰਭੂ ਪਰਮੇਸ਼ਵਰ ਨੂੰ ਜਾਣਿਆ ਹੀ ਨਹੀਂ ਹੈ, ਉਹ ਤੇ ਦੁਨੀਆਂ ਤੇ ਆਇਆ ਜਾਂ ਨਾ ਆਇਆ ਇੱਕ ਬਰਾਬਰ ਹੈ, ਬੰਦਾ ਵੀ ਹੈ ਪਸ਼ੂ ਬਰਾਬਰ, ਪਰਜਾ ਦੀ ਪਹਿਚਾਨ ਨਹੀਂ।
ਇਸ ਲਈ ਸੱਚੇ ਸਾਧੂ ਸੰਤ ਹਰੀ ਦੇ ਇੱਕੋ ਗੱਲ ਫਰਮਾਉਂਦੇ ਨੇ, ਦਾਨੇ ਬੀਜੇ ਛੱਡਣ ਭਗਤੀ ਸੌ ਸੌ ਗੋਤੇ ਖਾਂਦੇ ਨੇ। ਇਸ ਪਾਰ ਨੂੰ ਪਰਮੇਸ਼ਵਰ ਨੂੰ ਜਾਣੇ ਬਗੈਰ ਅੱਛੇ ਅੱਛੇ ਦਿਵੇ ਗੁਣਾਂ ਨੂੰ ਅਸੀਂ ਦਾਨ ਕਰਕੇ ਆਪਣੇ ਜੋ ਐਟਰੀਬਿਊਟਸ ਨੇ ਉਹ ਮਾਤਾ ਜੀ ਦੀ ਪ੍ਰਤੀ ਸ਼ਰਧਾਂਜਲੀ ਦੇ ਰੂਪ ਵਿੱਚ ਪੇਂਟ ਕਰ ਰਹੇ ਹਾਂ ਔਰ ਪ੍ਰਾਰਥਨਾ ਕਰ ਰਹੇ ਹਾਂ ਕਿ ਐਸੇ ਦਿਵੇ ਗੁਣਾਂ ਨੂੰ ਅਸੀਂ ਵੀ ਦਾਨ ਕਰ ਪਾਈਏ। ਤੋ ਆਏ ਹੋਏ ਜਿਤਨੇ ਵੀ ਆਪ ਵਰਸਸ ਵੀ ਭੈਣ ਆਏ ਹੋ ਸਾਰਿਆਂ ਦੇ ਚਰਨਾਂ ਵਿੱਚ ਨਮਨ ਪ੍ਰਾਰਥਨਾ ਹੈ। ਇਸ ਵਾਰ ਨੂੰ ਪਰਮੇਸ਼ਵਰ ਨੂੰ ਜੀਵਨ ਦਾ ਆਧਾਰ ਬਣਾ ਕੇ ਆਪਣਾ ਉਧਾਰ ਵੀ ਕਰੀਏ, ਆਪਣਾ ਸੁਧਾਰ ਵੀ ਕਰੀਏ। ਪਿਆਰ ਸੇ ਕਹਿਣਾ ਜੀ